ਕਹਿੰਦੇ ਸੀ ਉੱਧਰ ਗਈਆਂ ਦਾਜ ਮਿਲਦਾ। ਕਿਸੇ ਨੇ ਵੇਖੀ ਟਰਾਲੀ ਭਰ ਕੇ ਜਾਂਦੀ, ਉੱਧਰ ਗਈਆਂ ਨੂੰ ਨਿਕਲ ਗਈਆਂ ਨੂੰ ਉੱਧਰ ਗਈਆਂ ਨਿਕਲ ਗਈਆਂ ਭੱਜ ਗਈਆਂ ਰਾਤੀ ਕੰਧ ਟੱਪ ਗਈਆਂ। ਉੱਧਰ ਗਈਆਂ ਨੂੰ ਨਿਕਲ ਗਈਆਂ ਨੂੰ ਭੱਜ ਗਈਆਂ ਘਰੋ ਉਹ ਜੱਗ ਛੱਡ ਗਈਆਂ ਨੂੰ ਕਦੇ ਦਾਜ ਨਹੀਂ ਮਿਲਦਾ ਤੇ ਰਹਿੰਦਾ ਦੁੱਖ ਵਿਛੋੜਿਆ ਬੁੱਢੇ ਵਾਰ ਚੇਤੇ ਆਉਂਦਾ ਜ਼ਿੰਦਗੀ ਵਿੱਚ ਕੀਤੇ ਲੋੜੇ ਦਾ। ਉਹ ਤਾਂ ਜਾਣਾ ਜੀ ਕਹਿੰਦੇ ਆ ਬੁੱਢੇ ਵਾਰ ਚੇਤੇ ਆਉਂਦਾ ਜ਼ਿੰਦਗੀ ਵਿੱਚ ਕੀਤੇ ਲੋੜੇ ਦਾ ਆਪਣੇ ਪਤੀ ਦੀ ਗਹਿਰਾ ਕੋਲ ਉਡਾਉਣ ਖਮਾਈਆਂ ਚੋ ਉਡਾਉਣ ਨੁਕਸਾਨ ਕੀ ਹੈ ਉਹਨਾਂ ਪਰਿਵਾਰਾਂ ਨੂੰ ਸੁਣਨਾ। ਇਹੋ ਜੇ ਘਰ ਦਿੰਦਾ ਨਹੀਂ ਵੇ ਕੋਈ ਧੀ ਘਰਾਣੇ ਦੀ ਝੂਠ ਕਲਮ ਨਾ ਲਿਖੇ ਬਾਈ ਪੱਕੀ ਘਰਾਣੇ ਦੀ ਸੰਦੀਪ ਕੱਢਣੇ ਦੋਸਤ ਗੱਲਾਂ ਸੱਚ ਸੁਣਾਈਆਂ ਨੇ ਸੱਚ ਸੁਣਾਈਆਂ ਲੱਗਦੀਆਂ ਕੀੜੇ ਪੈ ਕੇ ਕਰਦੇ ਇਸ਼ਕ ਬੰਦਿਆਂ ਦੇ ਵੀ ਪੈਂਦੇ ਕਰਦੇ ਇਸ਼ਕ ਵਿਆਹ ਜੋ ਇਸ਼ਕ ਵਿਆਹ ਜੋ ਚੰਗਾ ਲੱਗਿਆ ਸੀ ਬੜੀ ਵਧੀਆ ਤਾੜੀ ਮਾਰੀ ਭੈਣਾ ਤੁਸੀਂ ਮਾਰਦੇ ਕਰੋ। ਮੈਨੂੰ ਪਤਾ ਕਈ ਗੱਲਾਂ ਦਾ ਗੁੱਸਾ ਲੱਗ ਜਾਂਦਾ ਵੀ ਕਿਤੇ ਨਾ ਜੱਗ ਜਨਮੇ ਜਿਹਨੇ ਜੱਗ ਨੂੰ ਜਣਿਆ ਉਹਨੂੰ ਮਾੜਾ ਕਿਵੇਂ ਕਹਿ ਸਕਦੇ ਸੀ। ਇਹ ਕੁਝ ਮੇਰੇ ਤੇਰੇ ਵਰਗੇ ਕੁਝ ਲੋਕ ਹੁੰਦੇ ਆ ਉਹਨਾਂ ਨੂੰ ਜਿੱਥੋਂ ਤੱਕ ਟੋਕੀਏ ਨਾ ਚੁਗਲਖੋਰ ਨਹੀਂ ਚੁਗਲੀਓ ਪਾ ਜਾਂਦੇ ਜਿੱਥੋਂ ਤੱਕ ਉਹਨੂੰ ਟੋਕੀਏ ਨਾ। ਤਾਂ ਕਰਕੇ ਕੁਝ ਲੋਕਾਂ ਦੀ ਆਦਤ ਹੁੰਦੀ ਹੈ ਅਤੇ ਸਾਡਾ ਇਹੀ ਪੇਸ਼ਾ ਹੈ ਕਿ ਹਰ ਇੱਕ ਬੰਦੇ ਨੂੰ ਮੈਸੇਜ ਦੇ ਕੇ ਜਾਈਏ ਚੰਗਾ ਮਿਹਰਬਾਨੀ। ਹੈਲੋ
ਤਾੜੀ ਮਾਰ ਦਿਓ, ਤਾੜੀ ਮਾਰਿਆ ਕਰੋ ਜ਼ਰੂਰ। ਇਹ ਘਰਾਣੇ ਦੇ ਸਿੰਗਰ ਹੈ, ਅੱਜ ਕੱਲ੍ਹ ਖਤਮ ਹੁੰਦੇ ਜਾ ਰਹੇ ਆ ਘਰਾਣੇ ਦੇ ਸਿੰਗਰ। ਇਹਨਾਂ ਨੂੰ ਗੁਰਤੀ ਜਿਹੜੀ ਹੈ ਇਹਨਾਂ ਦੇ ਘਰਾਣੇ ਦੇ ਵਿੱਚੋਂ ਮਿਲੀ। ਅਸੀਂ ਗਿੰਦੀ ਮੈਂ ਪਹਿਲਾਂ ਵੀ ਦੱਸ ਚੁੱਕੇ ਹਾਂ, ਕਿੱਸਿਆਂ ਦੇ ਬਾਦਸ਼ਾਹ ਪੂਰਨ ਚਾਂਦੀ ਹਜਰਾਵਾਂ ਵਾਲੇ, ਉਹਨਾਂ ਨੇ ਇੱਥੇ ਸ਼ੁਰੂਆਤ ਕੀਤੀ ਸੀਗੀ ਆਪਣੇ ਘੁਬਾਏ ਤੋਂ। ਮੇਰਾ ਮਿੱਤਰ ਹੈ ਭਜਨ ਲਾਲ ਜੀ ਔਰ ਜੀਤਪਾਲ ਸਾਡਾ ਯਾਰ ਹੋਮਾ, ਲੋਕਾਂ ਦੇ ਪੱਗ ਵੱਟ ਯਾਰ ਆਉਂਦੇ ਨੇ, ਸਾਡਾ ਪੈਗ ਵੱਟ ਯਾਰ ਹੈ ਹੋਮਾ ਔਰ ਕੇਵਲ ਕ੍ਰਿਸ਼ਨ ਜੀ, ਬੜਾ ਖੂਬਸੂਰਤ ਨਾਮ ਆਇਆ ਇਹਨਾਂ ਵੱਲੋਂ 500 ਦਾ। ਔਰ ਰਿਸਪੈਕਟਡ ਸਾਡੇ ਚੌਂਕੀ ਇੰਚਾਰਜ ਜੀ ਬਲਕਾਰ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹ ਕੱਲ੍ਹ ਦੀ ਆਪਣਾ ਫਰਜ਼ ਹੈ ਜਿਹੜਾ ਬਾਖੂਬੀ ਨਿਭਾ ਰਹੇ ਨੇ। ਮੈਂਬਰ ਸਾਹਿਬ ਜੀ ਸਾਡੇ ਪਿੰਡ ਤੋਂ ਆਏ ਹੋਏ ਨੇ, ਮੈਂ ਪਹਿਲਾਂ ਵੀ ਦੱਸਿਆ ਮੈਨੂੰ ਜਾ ਕੇ ਫਿਰ ਗਾਹਾਂ ਕੱਢਦੇ ਆ, ਘਰੇ ਵੀ ਤੁਸੀਂ ਸਾਡਾ ਨਾਮ ਲਿਆ, ਤੁਸੀਂ ਬੈਠੇ ਦੂਰ ਹੋ ਯਾਰ, ਅੱਗੇ ਆ ਜਾਓ। ਅੱਛਾ ਲੱਗ ਰਿਹਾ ਸਾਰਿਆਂ ਨੂੰ, ਲਵਾ ਦਈਏ ਫਿਰ। ਅਮਨ ਰੋਜੀ ਜੀ ਉਹਨਾਂ ਦਾ ਗੁਰਪੁਰਬ ਵੀ ਆ ਚੁੱਕਿਆ, ਬਸ ਅਸੀਂ 20 ਮਿੰਟ ਹੋਰ ਲਵਾਂਗੇ, ਉਦੋਂ ਬਾਅਦ ਉਹਨਾਂ ਦਾ ਵਾਰੀ ਹੈ। ਸੋ ਉਸੇ ਰੰਗ ਦੇ ਵਿੱਚ ਸਾਡਾ ਵੀ ਮੰਗਲ ਮੰਗਲ ਅੱਜ ਮੈਂ ਮਾਰ ਦਿਓ ਤਾੜੀ ਖੁੱਲ ਕੇ, ਦੋ ਕੈਪਸੂਲ ਸੁਣਾ ਦਿਆਂ ਹੈ। ਹੋਰ ਫਰਮਾਇਸ਼ ਬਾਰਡਰਾਂ 'ਤੇ ਰੋਜ਼ ਦੀਵਾਲੀ ਹੁੰਦੀ ਹੈ ਅਤੇ ਮਿਰਜ਼ਾ ਫਰਮਾਇਸ਼ਾਂ ਬਹੁਤ ਨੇ ਅਤੇ ਜੱਸੀ ਆਪਣੇ ਮਹਾਰਾਜ ਮਨਜੀਤ ਜੀ, ਮਨਜੀਤ ਵੀਰੇ ਸਾਡਾ ਜੀ, ਮੈਂ ਘੱਟ ਪੜ੍ਹਿਆ ਮੇਰੇ ਤੋਂ ਸਵਾਦ ਆ ਲਿਆ ਕਰ ਜੀ, ਜਹਾਜ਼ 'ਤੇ ਚੜ੍ਹ ਜਾਓ, ਹਾਂ ਜਹਾਜ਼ 'ਤੇ ਚੜ੍ਹ ਜਾਓ, ਮੁੜ ਕੇ ਜਹਾਜ਼ 'ਤੇ ਕੋਈ ਹੋਰ ਚੜ੍ਹ ਜਾਂਦਾ। ਮਾਫ ਕਰਨਾ, ਮੈਂ ਤਾਂ ਨਸ਼ੇ ਲਈ ਪ੍ਰਮੋਟ ਨਹੀਂ ਕਰਦਾ, ਮੈਂ ਤਾਂ ਕਹਿੰਦਾ ਵੀ ਜਿਨ੍ਹਾਂ ਨੇ ਜਹਾਜ਼ ਆਪਣੇ ਉਡਾਏ ਉਹਨਾਂ ਦੇ ਜਹਾਜ਼ ਹੋਰ ਲੈ ਜਾਂਦਾ। ਲਓ ਸੁਣਿਆ ਜਰਾ ਬਾਈ, ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਮਨ ਰੋਜੀ ਜ਼ੋਰਦਾਰ ਤਾੜੀ ਮਾਰਦੇ ਮਿਊਜ਼ੀਕਲ ਗਰੁੱਪ ਪਹੁੰਚ ਚੁੱਕਾ ਹੈ। ਬੜੇ ਅੱਛੇ ਆਰਟਿਸਟ ਨੇ ਉਹ, ਮੈਂ ਆਪ ਕੱਢ ਕੇ ਗਾਣੇ ਸੁਣਦਾ ਹੁਣ, ਤੁਸੀਂ ਤਾਂ ਸੁਣਨੇ ਹੀ ਹੈ। ਅਤੇ ਸਾਡਾ ਦਰਸ਼ਨਜੀਤ ਵੀਰਾ, ਉਹਨਾਂ ਦਾ ਛੋਟਾ ਭਰਾ ਸਾਡਾ ਵੀਰ ਪਹੁੰਚਿਆ, ਮੈਂ ਵੈਲਕਮ ਕਰਦਾ, ਥੈਂਕ ਯੂ। ਅਤੇ ਦੂਜੇ ਤੋਂ ਦੁਬਾਰੇ ਹਾਂਜੀ ਹਾਂਜੀ, ਕੁੱਟ ਪੈਂਦੀ ਮੁੰਡਿਆਂ ਨੂੰ ਪੰਗੇ ਲੈਂਦੀਆਂ ਜਾਣ ਕੇ ਕੁੜੀਆਂ, ਜਸਦੇਵ ਜੌਲਾ ਉਸਤਾਦ ਜੀ ਦਾ ਗੀਤ ਹੈ, ਜ਼ਰੂਰ ਸੁਣ। ਅਤੇ ਲਓ ਮੈਂ ਸੁਣ ਦੋ ਕੈਪਸੂਲ ਵੀ ਸੁਣਾਊਂਗਾ, ਵੈਸੇ ਉਹ ਕਿਸੇ ਵੀਰ ਨੇ ਪਟਿਆਲੇ ਕੋਲ ਪਿੰਡ ਹੈ ਸਮਾਣਾ ਦੇ ਨਾਲ, ਅਤੇ ਉਹਨਾਂ ਵੀਰ ਨੇ ਮੈਨੂੰ ਕਿਹਾ ਵੀ ਉਹ ਗਾਣਾ ਸੁਣਾ ਦਿਓ, ਮੈਨੂੰ ਗੀਤ ਤਾਂ ਯਾਦ ਨਹੀਂ ਸੀਗਾ, ਉਹ ਕਹਿੰਦੇ ਅਸੀਂ ਨੱਚਣਾ ਹੀ ਉਸ ਗੀਤ 'ਤੇ। ਫਿਰ ਮੈਂ ਕੱਢ ਕੇ ਮਾੜਾ ਜਿਹਾ ਗਾਇਆ, ਮੈਨੂੰ ਪਤਾ ਤੁਸੀਂ ਉੱਥੋਂ ਹੀ ਸੁਣਿਆ ਹੋਣਾ ਅਤੇ ਫਰਮਾਇਸ਼ ਤਾਂ ਹੀ ਕਰ ਰਹੇ ਹੋ, ਮੈਂ ਕੋਸ਼ਿਸ਼ ਕਰੂੰਗਾ। ਕਿਸੇ ਦੀ ਰੀਸ ਤਾਂ ਸੱਜਣੋਂ ਨਹੀਂ ਹੁੰਦੀ, ਉਹਨੇ ਉੱਪਰ ਵਾਲੇ ਨੇ ਕਿਸੇ ਦੀ ਕਿਸੇ ਨਾਲ ਸ਼ਕਲ ਨਹੀਂ ਮਿਲਣ ਦਿੱਤੀ, ਕੌਣ ਕਿਸੇ ਦੀ ਰੀਸ ਕਰਾਉਂਦਾ ਹੈ, ਕੋਈ ਕਿਸੇ ਦੀ ਰੀਸ ਨਹੀਂ ਕਰਦਾ ਘਰ 'ਚ, ਕਿਸੇ ਕੰਮ ਦਾ ਕਿਸੇ ਕੰਮ ਦੀ ਕੋਈ ਚੀਜ਼ ਨਾ ਹੋਵੇ ਨਾ ਕਿਸੇ ਵੀ ਕੰਮ ਦੀ, ਅਤੇ ਜਦੋਂ ਉਹਨੂੰ ਚੁੱਕ ਕੇ ਸੱਟ ਦਿਓ ਕਦੇ ਨਾ ਕਦੇ ਉਹਦੀ ਯਾਦ ਜ਼ਰੂਰ ਆਉਂਦੀ ਹੈ, ਕਿਉਂਕਿ ਉਹਦੀ ਥਾਂ ਨਹੀਂ ਕੋਈ ਲੈ ਸਕਦਾ। ਕਹਿ ਦਿੰਦੇ ਹੁੰਦੇ ਆ ਵੀ ਸਾਡਾ ਪੁੱਤਰ ਨਸ਼ੇੜੀ ਹੈ, ਇਹ ਮਰ ਜਾਏ, ਇਹ ਮਗਰੋਂ ਲੈ ਜਾਏ, ਅਤੇ ਇਹ ਨਸ਼ੇ ਵਾਲਿਆਂ ਨੂੰ ਗੰਢ ਪਾਓ, ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਫੜੋ, ਗੱਲ ਤਾਂ ਬਣਨੀ ਹੈ। ਅਤੇ ਉਹ ਜਿਹੜੇ ਘਰਾਂ 'ਚ ਪੁੱਤਰ ਨਸ਼ੇੜੀ ਹੋ ਜਾਂਦੇ ਆ ਅਤੇ ਮਾਵਾਂ ਗਾਲਾਂ ਕੱਢਦੇ ਹੋਏ ਇਹਦੇ ਨਾਲੋਂ ਤਾਂ ਮਰ ਹੀ ਜਾ, ਪਰ ਸੱਚ ਜਾਣੇ ਉਹ ਜਦੋਂ ਮਰ ਵੀ ਜਾਂਦਾ ਨਾ, ਠੇਸ ਉਸ ਘਰ 'ਚ ਜ਼ਰੂਰ ਪਹੁੰਚਦੀ ਹੈ, ਕਿਉਂਕਿ ਉਹਦੀ ਥਾਂ ਨਹੀਂ ਕੋਈ ਲੈ ਸਕਦਾ। ਮੰਗੀ ਵਰਗੇ ਤਾਂ 50 ਜੰਮ ਜਾਣਗੇ ਪਰ ਉਹਦੀ ਥਾਂ ਤਾਂ ਨਹੀਂ ਲੈਂਦਾ ਨਾ ਕੋਈ।
ਇਸ ਕਰਕੇ ਨਸ਼ੇ ਨੂੰ ਮੈਂ ਪ੍ਰਮੋਟ ਨਹੀਂ ਕਰਦਾ। ਫਿਰ ਵੀ ਮੈਂ ਤੁਹਾਨੂੰ ਇਹ ਗਾਣਾ ਜ਼ਰੂਰ ਸੁਣਾਊਂਗਾ ਅਤੇ ਲਓ ਮੇਰਾ ਗਾਣਾ ਬਾਰਡਰ 'ਤੇ ਦੀਵਾਲੀ ਤੁਸੀਂ ਸੁਣਿਆ ਥੋੜ੍ਹਾ ਜਿਹਾ ਉਹ ਮੈਂ ਸੁਣਾਉਣ ਲੱਗਾ। ਸੁਣ ਲਓ, ਇਹ ਤੁਹਾਡਾ ਸਾਰਾ ਏਰੀਆ ਆਰਮੀ 'ਚ ਲੱਗਿਆ ਹੋਇਆ ਕਿ ਜ਼ੋਰਦਾਰ ਤਾੜੀ ਮਾਰ ਦਿਓ, ਰਾਏ ਸਿੱਖ ਬਰਾਦਰੀ ਦੇ ਨਾਂ 'ਤੇ ਜ਼ਰੂਰ ਤਾੜੀ ਮਾਰ ਦਿਓ। ਚੌਧਰੀ ਕੰਬੋਜ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਦੀ ਪਹਿਚਾਣ ਕਰਾਉਂਦਾ ਹੈ ਇਹ ਪਰਿਵਾਰ। ਹਾਂਜੀ ਸੁਣਾ ਦਿੰਦਾ ਲਓ ਗਾਣੇ ਦੇ ਬੋਲ ਹੈ। ਉਹ ਤੋਂ ਪਹਿਲਾਂ ਇੱਕ ਸ਼ੇਰ ਹੈ, ਜਦੋਂ ਮੇਰੇ ਆਰਮੀ ਦੇ ਫੌਜੀ ਨੂੰ ਗੋਲੀ ਲੱਗੀ ਅਤੇ ਉਹ ਆਪਣੇ ਸਾਹ ਤਿਆਗਣ ਤੋਂ ਪਹਿਲਾਂ ਉਹਨੂੰ ਪੁੱਛਿਆ ਗਿਆ ਆਰਮੀ ਦੇ ਵੱਡੇ ਜਨਰਲ ਵੱਲੋਂ, ਵੱਡੇ ਕਰਨੈਲ ਵੱਲੋਂ, ਵੱਡੇ ਸਾਹਿਬ ਵੱਲੋਂ ਪੁੱਛਿਆ ਗਿਆ, ਕਹਿੰਦਾ ਉਹ ਫੌਜੀਆ ਕੁਝ ਕਹਿਣਾ ਚਾਹੇਗਾ। ਉਹਨੂੰ ਆਪਣੀ ਮਾਂ ਦਾ ਚੇਤਾ ਆਇਆ, ਆਪਣੀ ਮਾਂ ਨੂੰ ਕਿਹੜਾ ਕਿਹੜਾ ਪਿਆਰ ਕਰਦਾ, ਤਾੜੀ ਮਾਰੋ ਯਾਰ, ਕਿਉਂਕਿ ਅੱਜ ਕੱਲ੍ਹ ਮਾਂ ਨੂੰ ਘੱਟ, ਜਿਹੜੀ ਨਾਲ ਮਾਂ ਵਿਆਹ ਕੇ ਆ ਜਾਂਦੀ ਉਹਨੂੰ ਲੋਕ ਜ਼ਿਆਦਾ ਪਿਆਰ ਕਰਦੇ, ਉਹ ਮਾਂ ਭੁੱਲ ਜਾਂਦੀ ਜਿਹਨੇ ਜਨਮ ਦਿੱਤਾ ਹੁੰਦਾ ਅਤੇ ਉਹ ਦੂਜੀ ਮਾਂ ਜਾਣੇ ਵਧੀਆ ਲੱਗਦੀ ਹੈ ਅਤੇ ਉਹ ਮਾਂ ਨੂੰ ਭੁੱਲ ਜਾਂਦੇ ਨੇ। ਸੱਚ ਇੱਕ ਗੱਲ ਯਾਦ ਰੱਖਿਓ, ਬਾਪੂ ਕਹਿੰਦਾ ਹੁੰਦਾ ਸੀ, ਕਹਿੰਦਾ ਮਾਂ ਨਾ ਮੂੰਹ 'ਚੋਂ ਜ਼ਬਾਨ 'ਚੋਂ ਕਦੇ ਨਹੀਂ ਉੱਥੋਂ ਤੱਕ ਨਹੀਂ ਜਾਂਦਾ ਜਿੱਥੋਂ ਤੱਕ ਬੰਦਾ ਮਰਦਾ ਨਹੀਂ। ਹਾਂ, ਬੰਦੇ ਦੀ ਭਾਵੇਂ 50 ਸਾਲ ਉਮਰ ਵੀ ਲੰਘ ਜਾਵੇ, ਜਦੋਂ ਵੀ ਕਿਤੋਂ ਵੀ ਠੀਕ ਹੈ, ਕੋਈ ਘਾਟਾ ਖਾਧਾ ਹੈ, ਕੋਈ ਸੱਟ ਖਾਧੀ ਹੈ, ਤਾਂ ਮੂੰਹ 'ਚ ਇੱਕ ਨਾਂ ਨਿਕਲਦਾ, ਪਤਾ ਕਿਹੜਾ? ਹਾਏ ਮਾਂ, ਹਾਏ ਮਾਂ। ਕਦੇ ਕਿਸੇ ਨੇ ਇਹ ਵੀ ਕਿਹਾ, ਹਾਏ ਨੀ ਮੇਰੀ ਰੰਨੇ, ਮੈਂ ਡਿੱਗ ਪਿਆ ਨੀ, ਮੈਨੂੰ ਚੱਕ ਲੈ। ਇਸ ਕਰਕੇ ਮੈਂ ਵੀ ਕਹਿੰਦਾ ਹੁੰਦਾ, ਬੋਲ ਦਿੰਦਾ ਵੀਰ ਜੀ, ਮੇਰੇ ਘਰ ਵਿੱਚ ਕੋਈ ਮੰਦਰ ਨਹੀਂ, ਮੇਰੇ ਘਰ ਵਿੱਚ ਕੋਈ ਮੰਦਰ ਨਹੀਂ, ਮੇਰੇ ਘਰ ਵਿੱਚ ਮੇਰੀ ਮਾਂ ਰਹਿੰਦੀ ਹੈ, ਓਏ ਮੈਂ ਉਸੇ ਗੱਲ ਨੂੰ ਮੰਨਦਾ ਜੋ ਮਾਂ ਮੇਰੀ ਮੈਨੂੰ ਕਹਿੰਦੀ ਹੈ, ਜੋ ਮਾਂ ਮੇਰੀ ਮੈਨੂੰ ਕਹਿੰਦੀ ਹੈ। ਫੌਜੀ ਨੂੰ ਪੁੱਛਿਆ ਵੀ ਕੀ ਕਹਿਣਾ ਚਾਹੇਗਾ, ਲੋ ਫੌਜੀ ਦੱਸ ਰਿਹਾ ਲਾਸਟ ਸ਼ਬਦ। ਪੀਰ ਬਾਬਾ ਸੱਯਦ ਵੱਲੋਂ ਇਨਾਮ, ਸੇਵਾਦਾਰ ਵੱਲੋਂ ਜੰਗੀਰ ਸਿੰਘ ਜੀ, ਬੂਟਾ ਸਿੰਘ ਜੀ, ਜ਼ੋਰਦਾਰ ਤਾੜੀ ਮਾਰ ਦਿਓ ਬਾਬਾ ਜੀ ਦੇ ਨਾਂ 'ਤੇ, ਬਹੁਤ ਸਾਰਾ ਸਤਿਕਾਰ, ਥੈਂਕ ਯੂ, ਮਿਹਰਬਾਨੀ, ਸ਼ੁਕਰੀਆ, ਮਿਹਰਬਾਨੀ। ਜਦੋਂ ਪੁੱਛਿਆ ਗਿਆ ਫੌਜੀਆ ਕੁਝ ਕਹਿਣਾ ਚਾਹੁੰਦਾ ਤਾਂ ਫੌਜੀ ਕਹਿੰਦਾ, ਮਿੱਟੀ ਨੂੰ ਮਿੱਟੀ ਰਹਿਣ ਦਿਓ, ਜੇ ਉਹ ਰਾਖ ਬਣੀ ਚੰਗਾ ਨਹੀਂ ਲੱਗਣਾ, ਮੇਰੀ ਮਾਂ ਦੀ ਖਬਰ ਸਲੀਕੇ ਨਾਲ ਦੇਣਾ, ਜੇ ਉਹਨੇ ਅਚਾਨਕ ਸੁਣਿਆ ਉਹਨੂੰ ਚੰਗਾ ਨਹੀਂ ਲੱਗਣਾ। ਮੇਰੇ ਗੀਤਾਂ ਨੂੰ, ਮੇਰੀ ਸ਼ਾਇਰੀ ਨੂੰ ਸੰਭਾਲ ਕੇ ਰੱਖਣਾ, ਜੇ ਉਹਦੀ ਬੇਅਦਬੀ ਹੋਈ ਮਾਂ ਨੂੰ ਚੰਗਾ ਨਹੀਂ ਲੱਗਣਾ, ਮਰਨ ਤੋਂ ਪਹਿਲਾਂ ਕਹਿੰਦਾ ਕਰਾ ਗੁੱਟ ਤੂੰ ਲਾ ਲਿਓ, ਜੇ ਮਾਂ ਦੇ ਤੋਹਫੇ ਸੜਿਆ ਮਾਂ ਨੂੰ ਚੰਗਾ ਨਹੀਂ ਲੱਗਣਾ। ਪਤਾ ਕਿਉਂ? ਉਹਦੀ ਆਪਣੀ ਮਾਂ ਨਾਲ ਪਿਆਰ ਬੜਾ ਸੀ, ਪਰ ਲਾਸਟ 'ਚ ਫਿਰ ਕਹਿੰਦਾ ਕਿ ਇੰਨਾ ਪਿਆਰ ਸੰਦੀਪ ਖਲੋਤੀ ਮਾਣੂ ਚੰਗਾ ਨਹੀਂ ਲੱਗਣਾ। ਇੱਕ ਤਾੜੀ ਜ਼ਰੂਰ ਮਾਰਿਓ ਫੌਜੀ ਵੀਰਾਂ ਲਈ, ਸਲਾਮ ਕਰਦਾ, ਸਲੂਟ ਕਰਦਾ ਆਰਮੀ ਵਾਲੇ ਨੌਜਵਾਨਾਂ ਨੂੰ, ਸਾਡੇ ਜਿਹੜੇ ਮੁਲਾਜ਼ਮ ਪੰਜਾਬ ਪੁਲਿਸ ਦੇ ਸੋਹਣੇ ਵੀਰ ਖੜ੍ਹੇ।